ਜਥੇਦਾਰ ਸਾਹਿਬ ਸਤਿਕਾਰਯੋਗ ਜਥੇਦਾਰ ਸਾਹਿਬ ਨੇ ਰੱਖਣਾ ਚਲੇ ਗਏ, ਸਤਿਕਾਰਯੋਗ ਪੰਜ ਪਿਆਰੇ ਚਲੇ ਗਏ, ਉਦੋਂ ਕੁਝ ਤੇ ਹੈਗੇ ਹੀ ਆ, ਬਾਕੀ ਇੱਥੇ ਆ। ਚਾਰ ਦਿਨ ਪਹਿਲਾਂ ਮਾਝੀ ਜੀ ਨਾਲ ਇਹਨਾਂ ਸਾਰਿਆਂ ਨੂੰ ਲੈ ਕੇ ਮੇਰੇ ਘਰੇ ਆਏ, ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਸੀ। ਉਹ ਮੈਨੂੰ ਕਹਿਣ ਲੱਗੇ ਵੀ ਆਇਓ ਉੱਥੇ, ਅਸੀਂ ਇਸ ਤਰ੍ਹਾਂ ਦਿਹਾੜਾ ਮਨਾਉਣਾ। ਹਾਂਜੀ ਹਾਂਜੀ, ਤਾਂ ਨਾਲ ਦੀ ਨਾਲ ਮੰਡ ਸਾਹਿਬ ਦੇ ਮੈਨੂੰ ਸੁਨੇਹੇ ਆਉਣ ਲੱਗ ਗਏ ਵੀ ਜ਼ਰੂਰ ਆਓ। ਮੈਨੂੰ ਹਮਦਰਦੀ ਆ ਕਿ ਕਈ ਵਾਰੀ ਸਿੱਖ ਜਿਹੜੇ ਆ ਫਸ ਜਾਂਦੇ ਆ ਕਿਸੇ ਆਪਣੀ ਸਿਆਸਤ ਨੂੰ ਸਮਝਦੇ ਨੇ, ਨੀਤੀ ਜਿਹੜੀ ਸਰਕਾਰ ਦੀ ਆ ਉਸ ਨੂੰ ਸਮਝਦੇ ਨੇ। ਜਿਹੜੀ ਸਰਕਾਰ ਆ ਉਹ ਤੁਹਾਨੂੰ ਮਾਰਨ ਨੂੰ ਫਿਰਦੀ ਆ। ਰੱਬ ਦਾ ਵਾਸਤਾ ਹੋਰ ਬੱਚਿਆਂ ਨੂੰ ਸ਼ਹੀਦ ਮਤ ਕਰਾਓ, ਹੁਣ ਨੀਤੀ ਬਦਲ ਲਓ, ਨੀਤੀ ਬਦਲ ਲਓ। ਹੁਣ ਅਸੀਂ ਬੱਚੇ ਸ਼ਹੀਦ ਨਹੀਂ ਕਰਾਉਣੇ। ਹਰ ਮੋਰਚੇ ਦੇ ਵਿੱਚ ਅਸੀਂ ਬੇਅੰਤ ਬੱਚੇ ਸ਼ਹੀਦ ਕਰਾਏ, ਔਰ ਜਿਹੜਾ ਰਿਜ਼ਲਟ ਆਇਆ ਉਹ ਅਸੀਂ ਜਿਹੜਾ ਪਹਿਲਾ ਕੁਝ ਸੀ ਉਹ ਵੀ ਗਵਾ ਕੇ ਆ ਗਿਆ। ਕਾਪੂਰੀ ਮੋਰਚਾ ਚੱਲਿਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਲੀਡਰਸ਼ਿਪ ਦੇ ਵਿੱਚ ਕੀ ਘਾਟ ਆ। ਬੇਈਮਾਨੀ ਵੀ ਆ, ਨਲਾਇਕੀ ਵੀ। ਕਾਪੂਰੀ ਮੋਰਚਾ ਚੱਲਿਆ SYL ਦੇ ਉੱਤੇ 1982 ਅਪ੍ਰੈਲ ਦੇ ਵਿੱਚ, ਉਹ ਹੋ ਗਿਆ ਧਰਮਯੁੱਧ ਮੋਰਚੇ ਚ ਕਨਵਰਟ। ਧਰਮਯੁੱਧ ਮੋਰਚੇ ਦੇ ਉੱਤੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ, ਦਰਬਾਰ ਸਾਹਿਬ ਤੇ ਬਲਿਊ ਸਟਾਰ ਅਟੈਕ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਵੀ ਕਰ ਦਿੱਤੇ ਗਏ, ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੋ ਗਾਰਤ ਹੋਇਆ, ਹਜ਼ਾਰਾਂ। ਔਰ ਉਸ ਤੋਂ ਬਾਅਦ ਕੀ ਹੋਇਆ, ਨਵੰਬਰ ਮੈਸੇਕਰਸ ਹੋਏ ਸਾਰੇ ਹਿੰਦੁਸਤਾਨ ਦੇ, ਕਿਤਨਾ ਘਿਨਾਉਣਾ ਕਤਲੋ ਗਾਰਤ, ਜਿਹਨੂੰ ਤੁਸੀਂ ਜੈਨੋਸਾਈਡ ਕਹਿ ਸਕਦੇ। ਔਰ ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਨੇ ਇੱਕ ਲੌਂਗੋਵਾਲ ਨੂੰ ਫੜ ਲਿਆ, ਔਰ ਉਸ ਨੂੰ ਫੜ ਕੇ ਕਹਿਣ ਲੱਗੇ ਵੀ ਲੈ ਬਾਈ ਆਹ ਐਗਰੀਮੈਂਟ ਹੈ, ਇਸ ਤੇ ਸਾਈਨ ਕਰ ਲਿਆ। ਉਹ ਨਕਾਰਿਆ ਜਾ ਚੁੱਕਿਆ ਸੀ, ਸਿੱਖਾਂ ਨੇ ਉਸ ਨੂੰ ਰਿਜੈਕਟ ਕਰਤਾ ਸੀ। ਉਸ ਤੋਂ ਉਹ ਇੱਕ ਚੀਜ਼ ਲਿਖਾ ਲਈ ਜਿਹੜੀ ਚੀਜ਼ ਉਸ ਮੋਰਚੇ ਨੇ ਚਲਾਈ ਸੀ ਕਿ ਅਸੀਂ SYL ਪੱਟਣ ਨਹੀਂ ਦੇਣੀ। ਔਰ ਉਸ ਜਿਹੜਾ ਰਾਜੀਵ ਲੌਂਗੋਵਾਲ ਅਕਾਰਡ ਸੀ, ਉਸ ਨੇ 9ਵੀਂ ਮੰਦ ਦੇ ਵਿੱਚ ਲਿਖ ਕੇ ਦਿੱਤਾ ਵੀ ਅਸੀਂ ਤੁਹਾਨੂੰ SYL ਪੱਟ ਕੇ ਦੇਵਾਂਗੇ। 15 ਅਗਸਤ 1986, ਕੈਸੀ ਤ੍ਰਾਸਦੀ ਹੈ, ਕੈਸੀ ਟ੍ਰੈਜਡੀ ਹੈ। ਮੈਂ ਦੁਨੀਆ ਦਾ ਇਤਿਹਾਸ ਪੜ੍ਹਦਾ ਰਹਿੰਦਾ, ਮੈਨੂੰ ਐਡੀ ਵੱਡੀ ਟ੍ਰੈਜਡੀ ਕਿਤੇ ਨਜ਼ਰ ਨਹੀਂ ਆਉਂਦੀ। ਔਰ ਅੱਜ ਲੌਂਗੋਵਾਲ ਨੂੰ ਇਹ ਕਿਹਾ ਜਾਂਦਾ ਕਿ ਮਹਾਨ ਸੰਤ, ਲੌਂਗੋਵਾਲ ਦੀ ਬਹੁਤ ਬੜੀ ਕੁਰਬਾਨੀ ਹੈ। ਕਿਹੜੀ ਕੁਰਬਾਨੀ, ਕਿਹਦੇ ਦੀ ਕੁਰਬਾਨੀ? ਮਾਫ ਕਰਨਾ, ਜਿੰਨੀ ਦੇਰ ਨੀਤੀ ਨਹੀਂ ਚਲਾਓਗੇ, ਡਿਪਲੋਮੇਸੀ ਨਹੀਂ ਸਮਝੋਗੇ, ਤੁਸੀਂ ਇਸੇ ਤਰ੍ਹਾਂ ਸ਼ਹੀਦ ਹੁੰਦੇ ਜਾਓਗੇ। ਆਹ ਹੁਣ ਹੋਇਆ ਸਾਰਾ, ਜੋ ਵੀ ਆਪਣੇ ਬਾਈਬਲ ਕਲਾਸ ਇੱਥੇ ਕੋਟਕਪੂਰੇ ਹੋਇਆ, ਉਸ ਦੇ ਵਿੱਚ ਮੈਨੂੰ ਫਿਕਰ ਰਿਹਾ, ਦਿਨ ਰਾਤ ਫਿਕਰ ਰਿਹਾ। ਮੈਂ ਕਿਹਾ 2, 4, 5, 10 ਬੱਚੇ ਸ਼ਹੀਦ ਹੋ ਜਾਣਗੇ, ਖਾਮ ਖਾ ਸ਼ਹੀਦ ਹੋ ਜਾਣਗੇ, ਪਿਓਾਂ ਦੀਆਂ ਪੱਗਾਂ ਰੁੜ ਜਾਣਗੀਆਂ, ਮਾਵਾਂ ਦਾ ਰਹਿਣਾ ਕੱਖ। ਔਰ ਮੈਂ ਕਈ TV ਚੈਨਲਾਂ ਦੇ ਉੱਤੇ ਜਾ ਕੇ ਗੱਲ ਕਹੀ ਵੀ ਇਹ ਕੰਮ ਨਾ ਕਰੋ। ਇਹਨਾਂ ਨੇ ਅਲਟੀਮੇਟਮ ਦਿੱਤਾ ਉੱਥੇ ਬੈਠੇ ਜਿਹੜੇ ਹੈਗੇ ਮੰਡ ਸਾਹਿਬ ਤੇ ਦੂਜੇ ਦਾਦੂਵਾਲ ਸਾਹਿਬ, ਕਿ ਅਸੀਂ ਜਿਹੜਾ ਮੋਤੀ ਬਾਗ ਆ ਉਹ ਘੇਰਨ ਜਾ ਰਹੇ ਨੇ। ਮੇਰਾ ਉਦੋਂ ਹੀ ਚੱਲਿਆ, ਉਦੋਂ ਹੀ ਮੇਰਾ ਮਨ ਰਿਹਾ ਕਿ ਹੁਣ ਜਦੋਂ ਤੁਸੀਂ ਉਹਨੂੰ ਘੇਰੋਗੇ ਤਾਂ ਅੱਗੋਂ ਗੋਲੀਆਂ ਵੱਜਣ, ਉਹ ਤੁਹਾਨੂੰ ਗੋਲੀ ਮਾਰਨ ਨੂੰ ਫਿਰਦੇ ਆ, ਤੁਸੀਂ ਗੋਲੀ ਮਰਵਾਉਣ ਨੂੰ ਫਿਰਦੇ ਆ। ਕੀ ਇਹ ਕਿਹੜੀ ਡਿਪਲੋਮੇਸੀ ਹੈ? ਜਿੰਨੀ ਦੇਰ ਨੀਤੀ ਸਮਝਦੇ ਨੀ, ਪੋਲੀਟਿਕਸ ਅੰਡਰਸਟੈਂਡ ਨਹੀਂ ਕਰਦੇ, ਤੁਹਾਡਾ ਕੱਖ ਨਹੀਂ ਮੰਨਦਾ। ਲਓ ਮੈਂ ਇੱਕ ਤੁਹਾਨੂੰ ਚੀਜ਼ ਦੱਸਦਾ, ਤੁਸੀਂ ਉਹ ਕਰ ਲਓ। ਬਾਦਲ ਬਣਿਆ ਨਹੀਂ ਹੈ ਮਾਫ ਕਰਨਾ, ਭੁਲੇਖੇ ਵਿੱਚ ਨਾ ਰਹੇ। ਬਾਦਲ ਜਿਉਂਦਾ ਔਰ ਬਾਦਲ ਦੇ ਕੋਲ ਅਸੀਮ ਸਾਧਨ ਆ, ਇੰਡੀਅਨ ਸਟੇਟ ਉਹਦੀ ਪਿੱਠ ਦੇ ਉੱਤੇ ਬੈਠੀ ਆ, ਉਹ ਦੁਬਾਰਾ ਆ ਸਕਦਾ। ਜੇ ਤੁਸੀਂ ਡਿਪਲੋਮੇਸੀ ਨਾ ਕੀਤੀ,
जे कोई चंगी नीति ना चलाई वो दोबारा आ जाएगा और थोड़े नाल जिवें मजीठिए ने कहा सी ना इट नाल इट खड़का देंगे उन्हें गल कही सी ना इट नाल इट तां बंदा बहादुर ने खड़काई सी ओही ईडीएम लैके वो मजीठिया ये गल कह रहा डरा रहा है पीक कर लिया लोगों की करो मैं एक गल जिदन ये सारा हादसा होया सी अपने वो की है कि संत ने पंथ प्रीत सिंह मैं सुनेहा लाया मैं क्या एक काम ना करो जिथे लैके चंडीगढ़ च ना आयो ऐसे किस्म की बेवकूफी संत जरनैल सिंह के प्यो ने की जिथे लैके चंडीगढ़ च चलिया गया तीन बच्चे मारते उन्होंने तुसी जवाब दो तुसी बच्चे मरवाने अपने बच्चों मावां नूं लिबास करना है प्यों तो बांधे करना बच्चों असी बचाना बच्चा डिप्लोमेसी कहती बच्चे बचा मैं एक गल कह लग्या मैं थोनू अपील भी करता उन्होंने मैं कह के आया उन्होंने बहुती पले नहीं पई गल मैं क्या एक स्मारक बना लो उत्थे सड़क के नाल उन्होंने शहीदों के नाम के उत्ते सिख परंपरावां है सिख परंपरावां है उत्थे एक बहुत वड्डा पत्थर ला दो जिदे विच सारा घटनाक्रम लिख दियो और ओदे विच लाइटां ला दो घट तो घट हर रोज 10,000-15,000 आदमी उस नूं पड़े कोई गोली चलाउण दी लोड़ नहीं कोई जहां जाके कोई उत्थे जाके मजारे करन दी लोड़ नहीं कोई नारे लाउण दी लोड़ नहीं डिप्लोमेसी तां वरत के देख सिंपल गल सादी गल सिखां दी परंपरावां है सिखां ने शहीदां दे नाम ते स्मारक बनाए हुए एक ऐस मैं जथेदार जी नूं कहा मंड साहब नूं मैं कहिंदा डिप्लोमेसी भी कोई चीज हुंदी नीति कोई चीज हुंदी नीति नूं समझण दी कोशिश करो दुश्मन नूं अंडरस्टैंड करन दी कोशिश करो मरवाओ ना अपने साधन भी वेस्ट ना करो माफ करो अपने साधन भी वेस्ट ना करो छोटे इन्ने वडमुले साधन किन्ना महंगा पेट्रोल किन्ना थोड़ा कीमती वक्त किन्ना तुसी अपना कारोबार छड के पिछे इत्थे आके बैठते हो वो रब दा वास्ता तुसी सारी जिंदगी यही करी जाओ मैं एक गल कही मैं क्या तुसी हुण इस वेले बड़ी क्रिटिकल टाइम आ इंडियन पॉलिटिक्स हुण की कहां मैं कहां बड़ी दुखदाई गल पढ़ते हो छोटे छोटे अखबार दुनिया की पॉलिटिक्स का समझ नहीं इंडियन पॉलिटिक्स की समझ नहीं अज पार्लीमेंट के इलेक्शन हो रही 2019 च खालसा की समझने की कोशिश करो मैं गल कह 2019 इलेक्शन के तुसी एक मैसेज दो मैं जथेदार जी ने कहा कि असी 10 मैंबर पार्लीमेंट जीत के आ रहे हैं और ओ एवें ना होवे लगे कि तुसी जित के आ रहे हो तुसी अमरिंदर दी गल करदे राहुल गांधी ने तुहानू टैलीफोन करे या मोदी साहब ने तुहानू टैलीफोन करे आओ दसो किनू अंदर करना किनू छड्डना करके तां देखो ओ सत्ता तो डरदे हो तुसी सिख सत्ता तो डरदा सत्ता तो बगैर कुछ नहीं होना पोलीटिकल पावर तो बगैर कुछ नहीं होना पोलीटिकल पावर समय दे नाल आएगी दिमाग दे नाल आएगी मैं बीमार हाँ पर मैं फिर भी आया कि मेरी कौम दे लोग रुल रहे आ रुल रहे हो तुसी सड़क इधरों चले गए ट्रालिया ते उधरों चले गए ट्रालिया ते कोई होर जांदा इस तरह तुसी क्यों इस तरह मतलब वैगा बाउंड अंग्रेजी च कहिंदे आ वी इधरों चले गए उधरों चले गए आ जाओ जी उत्थे जी आ जाओ यह नारियां नाल कुछ नहीं मनना पोलिटिकल मैसेज दो जथेदारा नूं जिद्दन तुसी स्मारक बनाउण दा निश्चा कर लिया कि भाई इत्थे गुरुद्वारा बनावांगे ओह दो शहीदां दे नां दे उत्ते और सारी कहानी लिखी प्रकाश सिंह बादल कुछ किसे नूं गाल नहीं कढ़नी किसे नूं कोई बुरी गल नहीं कहनी कोई डंडा नहीं मारना किसे दे सोटी नहीं मारनी किसे दे कृपाल नहीं मारनी किसे दे गोली नहीं मारनी डिप्लोमेसी जे बादल खत्म ना हो जाए मैं मेरा सिर झुका दूंगा और 2 महीने ने अंदर पर जे तुसी इस किस्म दी गल्लां करदे रहे उयो गल करनी नहीं कोई किसी किस्म दी इधर चले गए उधर चले गए
ਉਹਦੇ ਨਾਲ ਬਣਨਾ ਕੁਛ ਨਹੀਂ, ਮਾਫ ਆ। ਇਹ ਮੇਰਾ ਦਰਦ ਆ, ਮੇਰਾ ਦੁੱਖ ਆ, ਮੇਰੀ ਤਕਲੀਫ ਆ, ਕਿਉਂਕਿ ਤੁਸੀਂ ਮੇਰੇ ਹੋ, ਤੁਸੀਂ ਮੇਰੇ ਆਪਣੇ ਨੂੰ, ਮੈਨੂੰ ਤਕਲੀਫ ਹੈ ਇਸ ਗੱਲ ਤੇ। ਔਰ ਮੈਂ ਸੋਚਦਾ ਰਹਿੰਦਾ, ਵਿਚਾਰਦਾ ਰਹਿੰਦਾ ਕਿਵੇਂ ਸਿੱਖ ਬਚੇ। ਮੇਰੀ ਇਹ ਖਾਹਿਸ਼ ਨਹੀਂ ਹੁੰਦੀ, ਮੈਨੂੰ ਡਰ ਲੱਗਦਾ ਜਦੋਂ ਇਸ ਕਿਸਮ ਦੀ ਸੰਭਾਵਨਾ ਬਣਦੀ ਹੈ ਵੀ ਸਿੱਖ ਬੱਚੇ ਮਾਰੇ ਜਾ ਰਹੇ ਨੇ। ਮੈਨੂੰ ਤਕਲੀਫ ਹੁੰਦੀ ਹੈ, ਚਾਹੇ ਮੇਰੇ ਰਿਸ਼ਤੇਦਾਰ ਵੀ ਕਿਸੇ ਜਗ੍ਹਾ ਵੀ ਸਿੱਖ ਬੱਚਾ ਮਰ, ਮੈਨੂੰ ਬਹੁਤ ਤਕਲੀਫ ਹੁੰਦੀ। ਇਕੱਠੇ ਹੋ, ਸੂਝ ਰੱਖੋ, ਪੋਲੀਟਿਕਸ ਨੂੰ ਅੰਡਰਸਟੈਂਡ ਕਰੋ। ਅੱਜ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਹੰਗ ਪਾਰਲੀਮੈਂਟ ਆ ਰਹੀ ਹੈ, ਕਿਸੇ ਇੱਕ ਪਾਰਟੀ ਦੀ ਮੈਜੋਰਿਟੀ ਨਹੀਂ ਆ ਰਹੀ। 10 ਬੰਦੇ ਜੇ ਤੁਸੀਂ ਜਿਤਾ ਕੇ ਲਿਜਾ ਸਕਣ ਦੀ ਸੰਭਾਵਨਾ ਰੱਖਦੇ ਹੋ, ਉਹ ਤੁਹਾਡੇ, ਤੁਸੀਂ ਕੀ ਕਹਿੰਦੇ ਹੋ ਅਮਰਿੰਦਰ ਨੂੰ, ਤੁਸੀਂ ਕੀ ਕਹਿੰਦੇ ਹੋ ਕਿਸੇ ਹੋਰ ਨੂੰ, ਬਾਦਲ ਨੂੰ, ਤੁਹਾਨੂੰ ਮੋਦੀ ਨਾ ਟੈਲੀਫੋਨ ਕਰੇ, ਮੇਰੇ ਫਿੱਟੇ ਮੂੰਹ ਮੈਨੂੰ ਕਰਕੇ ਤਾਂ ਦੇਖੋ, ਦਿਓ ਤਾਂ ਮੈਸੇਜ, ਤੁਸੀਂ ਕਿਉਂ ਨਹੀਂ ਦਿੰਦੇ ਮੈਸੇਜ? ਬੈਠੇ ਹੋ ਉਹੀਓ ਚੌਕੜੀਆਂ ਮਾਰੀ, ਕੋਈ ਅਖਬਾਰ ਚੱਜਦਾ ਨਹੀਂ ਪੜ੍ਹਨਾ, ਕੋਈ ਮੈਗਜ਼ੀਨ ਚੱਜਦਾ ਨਹੀਂ ਪੜ੍ਹਨਾ, ਕੋਈ ਰੇਡੀਓ ਟੀਵੀ ਨਹੀਂ ਚੱਜਦਾ ਦੇਖਣਾ। ਦੇਖੋ ਦੁਨੀਆ 'ਚ ਕੀ ਵਾਪਰਦਾ। ਅੱਜ ਦਾ ਯੁੱਗ ਆਈਡੀਆਜ਼ ਦਾ ਯੁੱਗ ਆ, ਵਿਚਾਰ ਦਾ ਯੁੱਗ ਆ। ਗੁਰੂ ਨੇ ਸਿੱਖ ਨੂੰ ਵਿਚਾਰਵਾਨ ਬਣਾਇਆ ਸੀ, ਗੁਰੂ ਨੇ ਸਿੱਖ ਨੂੰ ਅੱਖਰ ਦੇ ਲੜ ਲਾਇਆ ਸੀ, ਗੁਰੂ ਨੇ ਸਿੱਖ ਨੂੰ ਸ਼ਬਦ ਦੇ ਲੋੜ ਲਾਇਆ ਸੀ। ਤਾਂ ਹੀ ਤਾਂ ਕਹਿੰਦਾ ਸੀ ਵਿਦਿਆ ਵਿਚਾਰੀ, ਵਿਚਾਰ ਦੀ ਵਿਦਿਆ। ਪਰ ਅਸੀਂ ਤਾਂ ਵਿਚਾਰ ਤੋਂ ਬੇਮੁਖ ਹੋ, ਅਸੀਂ ਤਾਂ ਅੱਖਰ ਤੋਂ ਡਰਦੇ ਹਾਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਾਖੀ ਸੁਣਾਉਣਾ, ਜੇ 2 ਮਿੰਟ ਮੈਨੂੰ ਦਊਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੋਈ ਸਿੱਖ ਗਿਆ, ਕਹਿੰਦਾ ਮਹਾਰਾਜ ਦੱਸੋ, ਮੈਂ ਸੇਵਾ ਕਰਨੀ ਚਾਹੁੰਦਾ, ਮੇਰੀ ਇੱਛਾ ਸੇਵਾ ਕਰਨੀ। ਮਹਾਰਾਜ ਕਹਿੰਦੇ ਵੀ ਇੱਕ ਕੰਮ ਕਰ, ਉਹ ਕੈਦਾ ਲੈ ਆਏ ਕੂੜਾ ਆੜਿਆ, ਕਹਿੰਦੇ ਲੈ ਆਹ ਪੜ੍ਹ ਲਾ, ਆਹ ਸਿੱਖ ਲਾ। ਉਹ ਕਹਿੰਦਾ ਮਹਾਰਾਜ ਮੈਂ ਹੋਰ ਦੱਸੋ, ਇਹ ਔਖਾ। ਉਹ ਕਹਿੰਦੇ ਫਿਰ ਇੱਥੇ ਟੋਆ ਹੈਗਾ ਇੱਕ, ਉਹ ਟੋਏ ਨੂੰ ਭਰ ਦੇ ਉਹਦੇ ਡਲੇ 'ਚ। ਉਹ 2 ਮਹੀਨੇ 2.5 ਮਹੀਨੇ ਦੀ ਟੋਆ ਭਰਿਆ, 10 ਦਿਨਾਂ 'ਚ 15 ਦਿਨਾਂ 'ਚ ਕੈਦਾ ਨਹੀਂ ਸੀ। ਜਿਸ ਗੱਲ ਦੀ ਗੁਰੂ ਨੇ ਸਾਨੂੰ ਲੜ ਲਾਇਆ ਸੀ, ਉਸ ਗੱਲ ਤੋਂ ਅਸੀਂ ਟੁੱਟ ਚੁੱਕੇ। ਹੁਣ ਦੇਖੋ ਫਸੇ ਬੈਠੇ ਹੋ, ਮੈਨੂੰ ਉਹਨਾਂ ਨਾਲ ਵੀ ਹਮਦਰਦੀ ਹੈ, ਉਹ ਫਸੇ ਬੈਠੇ। ਪੋਲੀਟੀਕਲ ਚਾਲ ਚੱਲ ਨਹੀਂ ਰਹੇ ਅੱਜ ਦੁਨੀਆ ਦੇ ਵਿੱਚ। ਪੋਲੀਟਿਕਸ ਦੀ ਬੋਰਡ ਆ, ਉਹਦੇ 'ਚ ਤੁਸੀਂ ਆਪਣੇ ਪਿਆਰ ਛੱਡਣੇ ਆ, ਦਾਗ ਨਾਲ ਛੱਡਣੇ ਆ, ਸੋਚ ਕੇ ਛੱਡਣੇ ਆ, ਵਿਚਾਰ ਕੇ ਛੱਡਣੇ ਆ, ਆਪ ਨਹੀਂ ਤਾਂ ਕਿਸੇ ਤੋਂ ਪੁੱਛ ਲਓ। ਅੱਜ ਤੁਸੀਂ ਇਹ ਗੱਲ ਕਹਿ ਦਿਓ, ਮੈਂ ਹੁਣ ਦੇਖੋ ਬੜੀ ਟ੍ਰੈਜਡੀ ਹੈ ਸਾਡੀ, ਬਹੁਤ ਟ੍ਰੈਜਡੀ। ਕਿਸ ਤਰ੍ਹਾਂ ਟ੍ਰੈਜਡੀ ਹੈ? ਮੈਂ ਬਹੁਤ ਸਾਲ ਪਹਿਲਾਂ ਇਹੀ, ਆਪਣੇ ਮੰਡ ਸਾਹਿਬ ਮੇਰੇ ਕੋਲ ਆਏ, ਮੈਨੂੰ ਕਹਿੰਦੇ ਡਾਕਟਰ ਸਾਹਿਬ ਇੱਕ ਕੰਮ ਕਰੋ। ਮੈਂ ਕਿਹਾ ਦੱਸੋ। ਕਹਿੰਦੇ ਜੀ ਸਾਰੇ ਛੋਟੇ ਛੋਟੇ ਦਾਲਾਂ ਤੋੜ ਕੇ ਇੱਕ ਬਣਾ ਦਿੱਤਾ। ਮੈਂ ਕਿਹਾ ਬਹੁਤ ਵਧੀਆ ਗੱਲ ਆ, ਪਰ ਮੈਂ ਇੱਕ ਗੱਲ ਹੁਣ ਝੂਠ ਨਹੀਂ ਬੋਲਦਾ। ਮੈਂ ਕਦੇ ਮੈਂ ਕਹਿੰਦਾ ਮਾਨ ਸਾਹਿਬ ਨੇ ਬਣਨੀ, ਮਾਨ ਸਾਹਿਬ ਨੇ ਬਣਨੀ ਦੇ, ਉਹਨਾਂ ਨੇ ਆਪਣਾ ਖੁੰਦਾ ਆਪ ਵਿੱਚ ਛੱਡ। ਉਹ ਮੈਨੂੰ ਕਹਿੰਦੇ ਨਹੀਂ, ਐਤਵਾਰ ਉਹ ਤਿਆਰ ਹੈਗੇ ਤੇ ਤੁਸੀਂ ਉੱਥੇ ਜਲ ਕੇ ਇੱਕ ਹਾਲ ਵਿਚਾਰਿਆ ਨੇ, ਇਹਨਾਂ ਨੇ ਮੰਡ ਸਾਹਿਬ ਨੇ ਬੁੱਕ ਕਰ ਲਿਆ, ਉੱਥੇ ਬੜਾ ਭੋਜਨ ਦਾ ਵੀ ਇੰਤਜ਼ਾਮ, 400-500 ਬੰਦਾ। ਮੈਨੂੰ ਕਹਿੰਦੇ ਹੁਣ ਤੁਸੀਂ ਬੋਲੋ। ਮੈਂ ਬੋਲਿਆ ਉੱਥੇ ਬੜਾ ਜ਼ੋਰ ਹੈ। ਮੈਂ ਕਿਹਾ ਕੁਛ ਜਥੇਬੰਦੀਆਂ ਐਸੀਆਂ ਜਿਨ੍ਹਾਂ ਦਾ ਇੱਕ ਪ੍ਰਧਾਨ ਆ ਤੇ ਇੱਕ ਸੈਕਟਰੀ ਆ, ਤੀਜਾ ਬੰਦਾ ਹੀ ਹੋਇਆ। ਕਈ ਜਥੇਬੰਦੀਆਂ ਐਸੀਆਂ ਜਿਹਨਾਂ 30 ਜਾਂ 40 ਬੰਦੇ ਆ, ਕਈ ਜਥੇਬੰਦੀਆਂ ਐਸੀਆਂ ਜਿਹਨਾਂ ਦਾ ਪ੍ਰਧਾਨ ਜਾਂ ਸੈਕਟਰੀ ਹੈ ਵੀ ਨਹੀਂ, ਦੂਜਾ ਨਾਂ ਹੀ ਨਹੀਂ। ਉਹ ਭਲਿਓ ਲੋਕੋ, ਇਕੱਠੇ ਹੋ ਜਾਓ, ਪਾਵਰ ਸ਼ੇਅਰ ਕਰ ਲਓ, ਪਾਵਰ ਸ਼ੇਅਰ ਕਰ ਲਓ। ਇਹ ਕਹਿ ਦੋ ਲਓ ਜੀ, ਮਾਨ ਸਾਹਿਬ ਕਹਿੰਦੇ 2 ਬੰਦੇ ਸਾਡੇ ਨਾਲ ਲੈ ਲਓ। ਅੱਗੇ ਤੁਸੀਂ ਕੀ ਕੀਤਾ? ਕਿਰਪਾਨ ਹੱਥ ਵਿੱਚ ਫੜ ਲਈ। ਮਾਂ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਕੀ, ਮੈਨੂੰ ਦੁੱਖ ਹੁੰਦਾ। ਆਰਟੀਕਲ 25 ਦੇ ਵਿੱਚ ਜਿਸ ਨੂੰ ਤੁਸੀਂ ਸਾਰਾ ਦਿਨ ਨਿੰਦਦੇ ਹੋ, ਗਾਲਾਂ ਕੱਢਦੇ ਹੋ, ਆਰਟੀਕਲ 25 ਦੇ ਵਿੱਚ ਰਾਈਟ ਆਫ ਵੀਰਿੰਗ ਕਿਰਪਾਨ ਦਿੱਤਾ ਹੋਇਆ ਸਿੱਖ ਨੂੰ, ਕਿਰਪਾਨ ਦਾ ਅਧਿਕਾਰ ਸਿੱਖ ਨੂੰ ਦਿੱਤਾ, ਨਾ ਜੈਨੀ ਨੂੰ ਦਿੱਤਾ, ਨਾ ਬੋਧੀ ਨੂੰ ਦਿੱਤਾ, ਨਾ ਹਿੰਦੂ ਨੂੰ ਦਿੱਤਾ, ਕਿ ਤੂੰ ਕਿਰਪਾਨ ਰੱਖ ਸਕਦਾ, ਸਿੱਖ ਦਾ ਅਧਿਕਾਰ ਹੈ ਕੰਸਟੀਟਿਊਸ਼ਨਲ। ਹੁਣ ਗੱਲ ਹੈ ਸਾਈਜ਼ ਦੀ। ਇੱਕ ਸੀਰ ਬਾਈ ਬਹੁਤ ਵੱਡਾ ਕੰਸਟੀਟਿਊਸ਼ਨਲ ਐਕਸਪਰਟ ਆ, ਬੰਬੇ ਦਾ ਗੁਜ਼ਰ ਗਿਆ, HM ਸੀਰ ਬਾਈ।
ਉਸਨੇ ਇਹ ਗੱਲ ਕਮੈਂਟਰੀ ਦਿੱਤੀ ਹੈ ਇੰਡੀਅਨ ਕਨਸਟੀਟਿਊਸ਼ਨ ਤੇ, ਉਸਨੇ ਇਹ ਗੱਲ ਲਿਖੀ ਹੈ ਕਿ ਸਾਈਜ਼ 6 ਇੰਚ ਤੋਂ ਲੈ ਕੇ 3 ਫੁੱਟ ਤੱਕ ਹੋ ਸਕਦਾ, 4 ਫੁੱਟ ਵੀ ਕਰ ਲਓ, 6 ਫੁੱਟ ਕਰ ਲਓ, ਐਵੇਂ ਆਪਣੇ ਆਪ ਨੂੰ ਵਧਾਈ ਜਾਣਾ। ਤੋ ਇਹ ਗੱਲ ਮਾਨ ਸਾਹਿਬ ਕਿਸੇ ਨੂੰ ਪੁੱਛ ਲੈਂਦੇ ਕਿ ਭਾਈ ਇਹਦਾ ਹੱਲ ਕੀ ਆ, ਬਾਈਕਾਟ ਕਰਨ ਦੀ ਬਜਾਏ, ਲੋਕਾਂ ਨੂੰ ਨਿਸਲ ਕਰਨ ਦੀ ਬਜਾਏ ਵੋਟਾਂ ਪਾਉਣ ਤੋਂ ਬਾਅਦ ਫਿਰ ਬਾਈਕਾਟ ਕਰਦਾ, ਕੀ ਗੱਲ, ਕਿਹੜੀ ਪੋਲਿਟਿਕਸ ਹੈ ਆਹ? ਹੁਣ ਮੈਨੂੰ ਮੇਰੇ ਦੁਸ਼ਮਣ ਬਹੁਤ ਆ ਵੈਸੇ ਬਾਈ ਦਾ, ਆਹ ਪਾਰਲੀਮੈਂਟ ਦੇ ਵਿੱਚ ਤੁਸੀਂ ਭੇਜੇ ਬੰਦੇ, ਇੱਕ ਮਸਕਰਾ ਭੇਜਤਾ, ਬਖੌਲ ਕਰ, ਕੌਮ ਲਹੂ ਲੁਹਾਨ ਹੋਈ ਪਈ ਆ, ਉੱਥੇ ਮਖੌਲ ਕਰੇ ਜਾ ਰਹੇ ਔਰ ਸਾਰਾ ਪਾਰਲੀਮੈਂਟ ਉਸਤੇ ਹੱਸਦੀ ਹੈ, ਦੂਸਰੇ ਕਈਆਂ ਦੇ ਮੂੰਹ ਹੀ ਨੀ ਖੁੱਲੇ, ਮੂੰਹ ਸੁਣਦੇ ਹੋਏ ਇੱਕ ਵਾਰੀ ਨੀ ਬੋਲੇ। ਕੌਮ ਤੁਹਾਡੀ ਰਹਿਨੁਮਾਈ ਕਰੂਗਾ, ਤੁਹਾਡੇ ਕੋਲ ਜ਼ਬਾਨ ਤੇ ਦਿਮਾਗ ਚਾਹੀਦਾ ਪਾਰਲੀਮੈਂਟ ਚ ਇੱਕ ਬੰਦਾ ਨੀ ਗੱਲ ਬਣਾ। ਸਿੱਖਾਂ ਦੀ ਗੱਲ ਸੁਣਨ ਨੂੰ ਤਿਆਰ ਆ ਸਾਊਥ ਇੰਡੀਆ ਦੇ ਲੋਕ, ਪਰ ਸੁਣਗੇ ਪੰਜਾਬੀ ਚ ਨੀ, ਇੰਗਲਿਸ਼ ਚ ਸੁਣਗੇ, ਤੁਹਾਡੀ ਇੰਗਲਿਸ਼ ਤੁਸੀਂ ਆਰਟੀਕੂਲੇਟ ਹੋਵੋਗੇ ਤੇ ਸੁਣਗੇ। ਰੱਬ ਦਾ ਵਾਸਤਾ ਖਾਲਸਾ ਜੀ, ਮੈਨੂੰ ਤਾਂ ਕਈ ਮਾਰਨ ਨੂੰ ਵੀ ਫਿਰਦੇ, ਇਹ ਵੀ ਮੈਂ ਤੁਹਾਨੂੰ ਦੱਸ ਦਿਆ, ਇਹ ਕੁਦਰਤੀ ਖੇਡ ਹੈ ਕਿ ਬੱਚਿਆ ਫਿਰਦਾ, ਪਰ ਮੈਂ ਸਾਫ ਸੁਥਰੀ ਗੱਲ ਕਰਦਾ, ਮੈਂ ਝੂਠ ਕਦੇ ਜ਼ਿੰਦਗੀ ਚ ਬੋਲਿਆ ਨਹੀਂ। ਇਹੋ ਜਿਹੇ ਨੁਮਾਇੰਦੇ ਚੁਣੋ, ਇਹ ਨਹੀਂ ਵੀ ਇਹ ਮੇਰਾ ਚਾਚੇ ਦਾ ਪੁੱਤ ਹੈ, ਮੇਰੇ ਤਾਏ ਦਾ ਪੁੱਤ, ਜਿਹੜਾ ਪਾਰਲੀਮੈਂਟ ਚ ਬੋਲ ਸਕੇ, ਉਹਦੇ ਕੋਲ ਜ਼ਬਾਨ ਵੀ ਅੰਗਰੇਜ਼ੀ ਵੀ ਹੋਵੇ, ਉਹਦੇ ਕੋਲ ਜ਼ਬਾਨ ਅੰਗਰੇਜ਼ੀ ਦੇ ਤਾਂ ਤੁਹਾਡੀ ਗੱਲ ਸੁਣੂਗਾ, ਸਾਊਥ ਨੂੰ ਪੰਜਾਬੀ ਚ ਨਹੀਂ ਤੁਹਾਡੀ ਗੱਲ ਸੁਣੇਗਾ, ਮਾਫ ਕਰ, ਤੋ ਉਹ ਤੁਹਾਡੀ ਗੱਲ ਪੂਰੀ ਕਰ ਸਕੇ, ਤੁਹਾਡੀ ਗੱਲ ਸੁਣੀ ਜਾਊਗੀ, ਕਿਰਪਾਨ ਤੇ ਗੱਲ ਸੁਣੀ ਜਾਊਗੀ, ਸਭ ਕਿਰਪਾਨ ਨੀ ਮੈਂ ਕਹਿੰਦਾ ਛੱਡੋ, ਤੁਹਾਨੂੰ ਰਾਈਟ ਦਿੱਤਾ ਕੰਸਟੀਟਿਊਸ਼ਨ ਚ 25 ਧਾਰਾ ਦੇ ਵਿੱਚ ਤੁਹਾਨੂੰ ਰਾਈਟ ਦਿੱਤਾ ਕਿਰਪਾਨ ਦਾ, ਸਿੱਖ ਨੂੰ ਨਾ ਹਿੰਦੂ ਨੂੰ ਦਿੱਤਾ, ਨਾ ਜੈਨੀ ਨੂੰ ਦਿੱਤਾ, ਨਾ ਬੋਧੀ ਨੂੰ ਦਿੱਤਾ। ਦੇਖੋ ਤਾਂ ਸਹੀ ਖੋਲ ਕੇ, ਅੱਖਰ ਤੋਂ ਕਿਉਂ ਡਰਦੇ ਹੋ, ਅੱਖਰ ਤੋਂ ਕਿਉਂ ਘਬਰਾਉਂਦੇ ਹੋ? ਮੈਂ ਇਹਨਾਂ ਨੂੰ ਕਹੀ ਸੀ ਮਾਝੀ ਸਾਹਿਬ ਨੂੰ, ਮੈਂ ਕਿਹਾ ਸਿੱਖ ਅੱਖਰ ਤੋਂ ਵੀ ਡਰਦਾ, ਸਿੱਖ ਤਾਕਤ ਤੋਂ ਵੀ ਡਰਦਾ, ਕੀ ਬਣੂ ਆਪਣਾ, ਸਿੱਖ ਅੱਖਰ ਤੋਂ ਵੀ ਡਰਦਾ, ਤਾਕਤ ਤੋਂ ਵੀ ਡਰਦਾ, ਕੀ ਬਣੂ ਸਾਡਾ, ਕੌਣ ਸਾਡੀ ਰਹਿਨੁਮਾਈ ਕਰੂਗਾ, ਕੌਣ ਸਾਡੀ ਗੱਲ ਅੱਗੇ ਲੈ ਕੇ ਜਾਏਗਾ? ਤੋ ਖਾਲਸਾ ਜੀ, ਮੈਂ ਹੁਣ ਅੱਜ ਬਿਮਾਰ ਹਾਂ, ਪਰ ਮੈਂ ਫਿਰ ਵੀ ਮੈਨੂੰ ਆਪਣੀ ਕੌਮ ਦੇ ਨਾਲ ਵਚਨਬੱਧਤਾ, ਮੈਨੂੰ ਤੁਹਾਡੇ ਨਾਲ ਪਿਆਰ ਆ, ਔਰ ਮੈਨੂੰ ਇਹ ਡਰ ਵੀ ਲੱਗਦਾ ਕਿ ਹੋਰ ਸ਼ਹੀਦ ਨਾ ਕਰਾਇਓ, ਹੁਣ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ।